ਪਹਿਲਾਂ ਤਾਂ ਵੱਡੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਜੀ ਇਹਨਾਂ ਸਭ ਨੇ ਐਪਰੀਸ਼ੀਏਟ ਕੀਤਾ ਕਿ ਬਹੁਤ ਵਧੀਆ ਇਹ ਕਾਨੂੰਨ ਹੈ ਜੀ ਲਾਗੂ ਹੋਣਾ ਚਾਹੀਦਾ ਕਿਸਾਨਾਂ ਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੋਏਗਾ ਜਦੋਂ ਕਿਸਾਨਾਂ ਨੇ ਵਿਦਰੋਹ ਕੀਤਾ ਔਰ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋ ਗਈ ਲੋਕ ਲਹਿਰ ਬਣ ਗਈ ਕਿਸਾਨ ਅੰਦੋਲਨ ਫਿਰ ਇਹ ਬੈਕਫੁੱਟ 'ਤੇ ਆ ਗਏ ਜੀ ਫਿਰ ਇਹ ਕਹਿੰਦੇ ਜੀ ਅਸੀਂ ਆਪਣੇ ਅਸੂਲਾਂ 'ਤੇ ਅਸੀਂ ਆਪਣਾ ਅਸੀਂ ਜਿਹੜਾ ਗੱਠਜੋੜਾ ਤੋੜਦੇ ਹਾਂ ਬੀਜੇਪੀ ਨਾਲੋਂ ਹੁਣ ਦੁਬਾਰਾ ਫਿਰ ਬੀਜੇਪੀ ਦੇ ਨਾਲ ਰਲ ਜਾਣਾ ਇਹ ਅਕਾਲੀ ਦਲ 'ਤੇ ਆਪ ਵੱਡੇ ਸਵਾਲੀ ਨਿਸ਼ਾਨ ਖੜੇ ਕਰਦਾ ਕਿ ਅਕਾਲੀ ਦਲ ਕਿੱਥੇ ਖੜ ਗਏ ਅਕਾਲੀ ਦਲ ਤਾਂ ਫਿਰ ਮਜਬੂਰ ਪਾਰਟੀ ਬਣ ਗਈ ਕਿ ਮਜਬੂਰੀ ਆ ਉਹਦੀ ਕਿ ਜੀ ਆਪਣੀ ਸ਼ਾਖ ਬਚਾਉਣ ਵਾਸਤੇ ਸੁਖਬੀਰ ਬਾਦਲ ਸਾਹਿਬ ਆਪਣੀ ਕੁਰਸੀ ਬਚਾਉਣ ਵਾਸਤੇ ਹੁਣ ਬੀਜੇਪੀ ਦੇ ਲੜ ਲੱਗਣਾ ਚਾਹੁੰਦੇ ਆ ਜਿਸ ਬੰਦੇ ਨੇ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਖਾਧਾ ਇੱਕ ਗਰੀਬ ਹੋਣ ਦਾ ਨਕਾਬ ਪਹਿਨ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜੀ ਉਹਨਾਂ ਦੀ ਬਿਲਕੁਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਕ ਜੋ ਸਜ਼ਾ ਬਣਦੀ ਉਹ ਵੀ ਮਿਲਣੀ ਚਾਹੀਦੀ ਹੈ ਬੀਜੇਪੀ ਦੇ ਜਿਹੜੇ ਟਕਸਾਲੀ ਲੀਡਰ ਨੇ ਜੀ ਉਹ ਸਾਰੇ ਬਹੁਤ ਰੁੱਸ ਗਏ ਆ ਬਹੁਤ ਉਦਾਸ ਨੇ ਉਹਨਾਂ ਦੇ ਚਿਹਰੇ 'ਤੇ ਉਦਾਸੀ ਦੇਖੀ ਜਾ ਸਕਦੀ ਹੈ ਕੱਲ੍ਹ ਜਿਵੇਂ ਜਿਹੜੇ ਪੁਰਾਣੇ ਇਹਨਾਂ ਦੇ ਪ੍ਰਧਾਨ ਸੀਗੇ ਸ਼ਰਮਾ ਜੀ ਉਹ ਦੇਖੇ ਗਏ ਉਹਨਾਂ ਦੇ ਕੋਈ ਗੱਲਬਾਤ ਨਹੀਂ ਕੀਤੀ ਸੁਨੀਲ ਜਾਖੜ ਸਾਹਿਬ ਦੇ ਪ੍ਰਧਾਨ ਲੱਗਣ ਦੇ ਨਾਲ ਬੀਜੇਪੀ ਜਿਹੜੇ ਟਕਸਾਲੀ ਬੇਸ਼ੱਕ ਇੱਥੇ ਵੀ ਜਿਹੜੇ ਆ ਟੱਚ ਦੇ ਵਿੱਚ ਆ ਉਹ ਵੀ ਕਹਿੰਦੇ ਵੀ ਯਾਰ ਜੇ ਮਿਹਨਤ ਇੰਨੀ ਕੀਤੀ ਆ ਸਾਡਾ ਸਾਨੂੰ ਪਿੱਛੇ ਕਰਕੇ ਨਵੇਂ ਜਿਹੜੇ ਹੁਣ ਜੁਆਇਨ ਹੋਏ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਵੀ ਇਹ ਕੋਈ ਬੜੀ ਚੰਗੀ ਗੱਲ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਬਹੁਤ ਐਸੇ ਕੰਮ ਕੀਤੇ ਨੇ ਜਿਹੜੇ ਔਨ ਰਿਕਾਰਡ ਨੇ ਔਰ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਬੰਦੇ ਨੇ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਖਾਧਾ ਇੱਕ ਗਰੀਬ ਹੋਣ ਦਾ ਨਕਾਬ ਪਹਿਨ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜੀ ਉਹਨਾਂ ਦੀ ਬਿਲਕੁਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਕ ਜੋ ਸਜ਼ਾ ਬਣਦੀ ਉਹ ਵੀ ਮਿਲਣੀ ਚਾਹੀਦੀ ਅਜੇ ਤੱਕ ਭਾਰਤਿੰਦਰ ਚਹਿਲ ਨੂੰ ਗ੍ਰਿਫਤਾਰ ਨਹੀਂ ਕੀਤਾ ਅਜੇ ਤੱਕ ਉਹ ਪੇਸ਼ ਨੂੰ ਇੱਕ ਵਾਰੀ ਪੇਸ਼ ਹੋਏ ਦੇਖੋ ਇਹ ਇਨਵੈਸਟੀਗੇਸ਼ਨ ਦਾ ਦਾਇਰਾ ਜੀ ਇੱਕ ਇਨਵੈਸਟੀਗੇਸ਼ਨ ਜਿਹੜੀ ਆ ਸਟੈਪ ਬਾਏ ਸਟੈਪ ਹੁੰਦੀ ਆ ਹਰ ਚੀਜ਼ ਪੁਖਤਾ ਸਬੂਤਾਂ ਦੇ ਆਧਾਰ 'ਤੇ ਹੁੰਦੀ ਆ ਅਤੇ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਉਸ ਮੁਕਾਮ ਤੱਕ ਪਹੁੰਚ ਗਈ ਤਾਂ ਉਹਨਾਂ ਨੂੰ ਵੀ ਜ਼ਰੂਰ ਬੁਲਾਇਆ ਦੇਖੋ ਜਦੋਂ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਹੁੰਦੇ ਸੀਗੇ ਉਦੋਂ ਇਹ ਹੌਲੀ ਸੌਲੀ ਸੀਗੇ ਉਹਨਾਂ ਦੇ ਔਰ ਇੱਥੇ ਮੈਂ ਜਾਣਦਾ ਦੋ ਤਿੰਨ ਤਾਂ ਨਜਾਇਜ਼ ਕਬਜ਼ੇ ਪਟਿਆਲੇ ਦੇ ਨੇੜੇ ਤੇੜੇ ਕੀਤੇ ਹੋਏ ਨੇ ਜੀ ਆ ਜਿਹੜਾ ਟੋਲ ਪਲਾਜ਼ਾ ਉਹਦੇ ਰਾਈਟ ਸਾਈਡ 'ਤੇ ਦੇਖੋਗੇ ਬਹੁਤ ਵੱਡੀ ਦੀਵਾਰ ਕੀਤੀ ਪਈ ਆ ਸਾਰੀ ਅਤੇ ਉਹਦਾ ਕੋਈ ਕਾਗਜ਼ ਨਹੀਂ ਪਤਾ ਲੱਗਿਆ ਕਿ ਦੋ ਪਿੰਡਾਂ ਦੀ ਜ਼ਮੀਨ ਆ ਉਹ ਨਾ ਉੱਧਰ ਉਹਦੇ 'ਤੇ ਨਜਾਇਜ਼ ਕਬਜ਼ੇ ਦੇਖੋ ਜਦੋਂ ਇਹਦੀ ਜਦੋਂ ਇਨਵੈਸਟੀਗੇਸ਼ਨ ਹੋਊਗੀ ਨਾ ਜੀ ਤਾਂ ਫਿਰ ਦੇਖੋ ਕੋਈ ਵੀ ਚੀਜ਼ ਜਿਹੜੀ ਆ ਜਦੋਂ ਸਰਕਾਰ ਹੁੰਦੀ ਆ ਔਰ ਉਹਦੇ ਵਿੱਚ ਆਪਾਂ ਓਵਰ ਕੌਨਫੀਡੈਂਟ ਹੁੰਦਾ ਵੀ ਸਾਨੂੰ ਕਿਹੜਾ ਕਿਸੇ ਨੇ ਰੋਕਣਾ ਟੋਕਣਾ ਕਿਉਂਕਿ ਪਹਿਲਾਂ ਜੋ ਚੱਲਦਾ ਆ ਅਤੇ ਜਿਹੜਾ ਵੀ ਇਨਵੋਲਵ ਹੈ ਜੀ ਚਾਹੇ ਉਹ ਆਫਿਸਰ ਆ ਚਾਹੇ ਕੋਈ ਪੋਲੀਟੀਕਲ ਬੰਦਾ ਹੈ ਜੀ ਜਿਹਨੇ ਵੀ ਕੋਈ ਨੁਕਸਾਨ ਕੀਤਾ ਉਹਦੇ ਖਿਲਾਫ ਸਖ਼ਤ ਕਾਰਵਾਈ ਹੋਈ ਹੈ ਜਾਖੜ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਬੀਜੇਪੀ ਵੱਲੋਂ ਕਿਸ ਤਰ੍ਹਾਂ ਦੇਖ ਰਹੇ ਬੀਜੇਪੀ ਦੇ ਜਿਹੜੇ ਟਕਸਾਲੀ ਲੀਡਰ ਨੇ ਜੀ ਉਹ ਸਾਰੇ ਬਹੁਤ ਰੁੱਸ ਗਏ ਆ ਬਹੁਤ ਉਦਾਸ ਨੇ ਉਹਨਾਂ ਦੇ ਚਿਹਰੇ 'ਤੇ ਉਦਾਸੀ ਦੇਖੀ ਜਾ ਸਕਦੀ ਹੈ ਕੱਲ੍ਹ ਜਿਵੇਂ ਜਿਹੜੇ ਪੁਰਾਣੇ ਇਹਨਾਂ ਦੇ ਪ੍ਰਧਾਨ ਸੀਗੇ ਸ਼ਰਮਾ ਜੀ ਉਹ ਦੇਖੇ ਗਏ ਉਹਨਾਂ ਦੇ ਕੋਈ ਗੱਲਬਾਤ ਨਹੀਂ ਕੀਤੀ ਚਲੋ ਇਹ ਬੀਜੇਪੀ ਦਾ ਆਪਣਾ ਇੰਟਰਨਲ ਮਾਮਲਾ ਜੀ ਕਿ ਉਹਨਾਂ ਨੇ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ ਅਤੇ ਪਰ ਇੰਨਾ ਕੁ ਜ਼ਰੂਰ ਹੈ ਕਿ ਉਹਨਾਂ ਦੇ ਪ੍ਰਧਾਨ ਲੱਗਣ ਦੇ ਨਾਲ ਸੁਨੀਲ ਜਾਖੜ ਸਾਹਿਬ ਦੇ ਪ੍ਰਧਾਨ ਲੱਗਣ ਦੇ ਨਾਲ ਬੀਜੇਪੀ ਜਿਹੜੇ ਟਕਸਾਲੀ ਬੇਸ਼ੱਕ ਇੱਥੇ ਵੀ ਜਿਹੜੇ ਆ ਟੱਚ ਦੇ ਵਿੱਚ ਆ ਉਹ ਵੀ ਕਹਿੰਦੇ ਵੀ ਯਾਰ ਜੇ ਮਿਹਨਤ ਇੰਨੀ ਕੀਤੀ ਆ ਸਾਡਾ ਸਾਨੂੰ ਪਿੱਛੇ ਕਰਕੇ ਨਵੇਂ ਜਿਹੜੇ ਹੁਣ ਜੁਆਇਨ ਹੋਏ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਵੀ ਇਹ ਕੋਈ ਬੜੀ ਚੰਗੀ ਗੱਲ ਹੈ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਦੀਆਂ ਚਰਚਾਵਾਂ ਨੇ ਰਾਜਾ ਵੜਿੰਗ ਨੇ ਕਿਹਾ ਵੀ ਦਿੱਲੀ ਦੇ ਬਰੂਹਾਂ 'ਤੇ ਡਰਾਮਾ ਕੀਤਾ ਅਕਾਲੀ ਦਲ ਵੱਖ ਹੋ ਗਿਆ ਸੀ ਬੀਜੇਪੀ ਨਾਲੋਂ ਕਿਸ ਤਰ੍ਹਾਂ ਦੇਖ ਰਹੇ ਦੇਖੋ ਪੂਰਾ ਪੰਜਾਬ ਜਾਣਦਾ ਜੀ ਜਦੋਂ ਕਿਸਾਨ ਮਸਲਾ ਚੱਲਿਆ ਕਿਸਾਨ ਮਸਲੇ ਦੇ ਵਿੱਚ ਤਿੰਨ ਕਾਲੇ ਕਾਨੂੰਨ ਆਏ ਆ ਪਹਿਲਾਂ ਤਾਂ ਵੱਡੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਜੀ ਇਹਨਾਂ ਸਭ ਨੇ ਐਪਰੀਸ਼ੀਏਟ ਕੀਤਾ ਕਿ ਬਹੁਤ ਵਧੀਆ ਇਹ ਕਾਨੂੰਨ ਹੈ ਜੀ ਲਾਗੂ ਹੋਣਾ ਚਾਹੀਦਾ ਕਿਸਾਨਾਂ ਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੋਏਗਾ ਜਦੋਂ ਕਿਸਾਨਾਂ ਨੇ ਵਿਦਰੋਹ ਕੀਤਾ ਔਰ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋ ਗਈ ਲੋਕ ਲਹਿਰ ਬਣ ਗਈ ਕਿਸਾਨ ਅੰਦੋਲਨ ਫਿਰ ਇਹ ਬੈਕਫੁੱਟ 'ਤੇ ਆ ਗਏ ਜੀ ਫਿਰ ਇਹ ਕਹਿੰਦੇ ਜੀ ਅਸੀਂ ਆਪਣੇ ਅਸੂਲਾਂ 'ਤੇ ਅਸੀਂ ਆਪਣਾ ਅਸੀਂ ਜਿਹੜਾ ਗੱਠਜੋੜਾ ਤੋੜਦੇ ਹਾਂ ਬੀਜੇਪੀ ਨਾਲੋਂ ਅਤੇ ਹੁਣ ਉਹੀ ਬੀਜੇਪੀ ਹੈ ਨਾ ਤਾਂ ਕੋਈ ਕਿਸਾਨਾਂ ਦਾ ਦੁਬਾਰਾ ਅਮੈਂਡਮੈਂਟ ਕਰਕੇ ਕੋਈ ਨਵਾਂ ਕਾਨੂੰਨ ਬਣਿਆ ਨਾ ਕੋਈ ਕਿਸਾਨਾਂ ਨੂੰ ਬੈਨੀਫਿਟ ਮਿਲਿਆ ਹੁਣ ਦੁਬਾਰਾ ਫਿਰ ਬੀਜੇਪੀ ਦੇ ਨਾਲ ਰਲ ਜਾਣਾ ਇਹ ਅਕਾਲੀ ਦਲ 'ਤੇ ਆਪ ਵੱਡੇ ਸਵਾਲੀ ਨਿਸ਼ਾਨ ਖੜੇ ਕਰਦਾ ਕਿ ਅਕਾਲੀ ਦਲ ਕਿੱਥੇ ਖੜ ਗਏ ਅਕਾਲੀ ਦਲ ਤਾਂ ਫਿਰ ਮਜਬੂਰ ਪਾਰਟੀ ਬਣ ਗਈ ਹੈ ਕਿ ਮਜਬੂਰੀ ਆ ਉਹਦੀ ਕਿ ਜੀ ਆਪਣੀ ਸ਼ਾਖ ਬਚਾਉਣ ਵਾਸਤੇ ਸੁਖਬੀਰ ਬਾਦਲ ਸਾਹਿਬ ਆਪਣੀ ਕੁਰਸੀ ਬਚਾਉਣ ਵਾਸਤੇ ਹੁਣ ਬੀਜੇਪੀ ਦੇ ਲੜ ਲੱਗਣਾ ਚਾਹੁੰਦੇ ਆ ਪਹਿਲਾਂ ਵੀ ਇਕੱਠੇ ਸੀਗੇ ਜੀ ਅਤੇ ਹੁਣ ਵੀ ਇਕੱਠੇ ਸੀਗੇ ਔਰ ਹਰੇਕ ਵਿਧਾਨ ਸਭਾ ਦੇ ਵਿੱਚ ਅਲੱਗ ਅਲੱਗ ਕੈਂਡੀਡੇਟਾਂ ਨੇ ਇਲੈਕਸ਼ਨ ਲੜੀ ਹੈ ਕੋਈ ਫਰਕ ਨਹੀਂ ਪੈਂਦਾ ਜੀ ਕਿਉਂਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਸਾਹਿਬ ਹੋਰੀ ਕੰਮ ਕਰ ਰਹੇ ਆ ਔਰ ਜਿਸ ਨੀਤੀ ਨਾਲ ਔਰ ਜਿਸ ਨੀਅਤ ਦੇ ਨਾਲ ਕੰਮ ਕਰ ਰਿਹਾ ਭਗਵੰਤ ਮਾਨ ਸਾਹਿਬ ਮੇਰਾ ਖਿਆਲ ਹੈ ਕਿ ਅੱਜ ਤੱਕ ਕਿਸੇ ਵੀ ਚੀਫ ਮਿਨਿਸਟਰ ਨੇ ਕੰਮ ਨਹੀਂ ਕੀਤਾ ਤੁਸੀਂ ਖੇਤਾਂ 'ਚ ਜਾਓ ਮਜ਼ਦੂਰ ਨਾਲ ਗੱਲ ਕਰੋ ਤੁਸੀਂ ਕਿਸਾਨ ਨਾਲ ਗੱਲ ਕਰੋ ਕਿੱਡੇ ਖੁਸ਼ ਨੇ ਜੀ ਕਿੱਡੇ ਖੁਸ਼ ਨੇ ਕਿ ਪਾਣੀ ਜਿਹੜਾ ਸਿੱਧਾ ਟੇਲਾਂ 'ਤੇ ਆ ਰਿਹਾ ਔਰ ਕਿਸਾਨ ਦੀ ਫਸਲ ਜਿਹੜੀ ਹੈ ਲਹਿਰਾ ਰਹੀ ਹੈ ਖੇਤਾਂ ਦੇ ਵਿੱਚ ਕੱਲ੍ਹ ਸਾਡੀ ਮੀਟਿੰਗ ਸੀਗੀ ਲੋਕ ਲੇਖਾ ਕਮੇਟੀ ਦਾ ਮੈਂ ਮੈਂਬਰ ਹਾਂ ਜੀ
तो उहदे विच एक सवाल जिहड़ा सीगा कि जिहड़ा पंजाब दा थल्लण दा पाणी है ये लगातार जिहड़ा जी वह निघार वल गया 96 तो बाद 1996 तो बाद लगातार ये घटता गया उहदा जिहड़ी अवेयरनैस है जी देखो लोगों की जिंदगी बचाने का काम जां पंजाब बचाने का काम जिहड़ा जी वह सरकारां दा इस करके लोग सरकारां नूं चुणदे है तो उहदे विच बहुत वड्डा निघार आया हुण जे किते नहरी पाणी कितने 40 साल बाद आया कितने 30 साल बाद आया कितने पहले नहरी पानी प्रॉपर आता होंगे तो शायद ये आप इस हद तक ना पहुँचते खेत धरती थले पानी इन्ना नीवा ना जाता कितने कितने पुरानी सरकार दोषी ने पानी की दुहाई देने वाले पानी का राखा कहाने वाले कैप्टन अमरिंदर सिंह वो खुद नहीं किसानों के खेत तक पानी पहुँचा सके जिहड़ा हुण भगवंत मान साहब उन्होंने पहुँचाया और ये काम अकाली दल भी नहीं कर सकया जिहड़ी किसानों की पार्टी कहाउंदी सी वी असीं जी पंथ की पार्टी वो भी नहीं कर सके आम आदमी पार्टी ने एक साल के काम करके दिखाता अगले साल जिहड़ी कमी पेशी रह गई भी दूर की जाए देखो तीजा फ्रंट जिहड़ा पूरे देश के बन रहा और परमात्मा कृपा करे सारा फ्रंट होकर इकट्ठा लड़ूगा तो बीजेपी को भाजना पवा देंगे जी आने वाला देश का अगला प्रधानमंत्री जिहड़ा वो बीजेपी